ਲੱਗਦਾ ਕਿ ਸ਼ਬਦ ਨਹੀਂ ਹੈਗੇ ਯਾਰ ਸਾਡੇ ਕੋਲੇ। ਪੰਜਾਬ ਦਾ ਹੋਣਹਾਰ ਨੌਜਵਾਨ ਗਾਇਕ ਜਿਹੜਾ ਚਲਿਆ ਗਿਆ, ਦੇਖੋ ਸਾਡੇ ਕੋਈ ਇਹ ਨਹੀਂ ਹੈਗਾ ਕਿ ਕਈ ਮਸਲਿਆਂ ਦੇ ਉੱਤੇ ਸਾਡੇ ਮਤਭੇਦ ਵਖਰੇਵੇਂ ਹੋ ਸਕਦੇ ਨੇ ਕਈ ਗੀਤਾਂ ਨੂੰ ਲੈ ਕੇ, ਪਰ ਯਾਰ ਇੱਕ ਨੌਜਵਾਨ ਕਿਸੇ ਮਾਂ ਦਾ ਪੁੱਤ ਮਾਰ ਦੇਣਾ, ਇੱਕ ਪਰਿਵਾਰ ਦਾ ਦੀਵਾ ਗੁੱਲ ਹੋ ਗਿਆ, ਕਿੱਡਾ ਭਰਿਆ ਭਰਾਇਆ ਜਿਹੜਾ ਮੇਲਾ ਇੱਕ ਨੌਜਵਾਨ ਛੱਡ ਗਿਆ। ਔਰ ਜਿਹੜੇ ਨੌਜਵਾਨ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਰੜਕ ਸੀ, ਇੱਕ ਮੜਕ ਸੀ, ਜਿਹਨੇ ਇੱਕ ਵੱਖਰਾ ਬਰਤਾਂਤ, ਇੱਕ ਵੱਖਰਾ ਮਾਹੌਲ ਜਿਹੜਾ ਗਾਇਕੀ ਦੇ ਵਿੱਚ ਸਿਰਜਿਆ, ਅਤੇ ਉਹ ਨੌਜਵਾਨ ਦਾ ਜਾਣਾ ਬਹੁਤ ਵੱਡਾ ਘਾਟਾ ਹੈ ਪੰਜਾਬ ਲਈ, ਪੰਜਾਬੀਆਂ ਲਈ, ਇਸ ਪੂਰੇ ਵਿਰਸੇ ਲਈ, ਤਾਂ ਇਹ ਬਹੁਤ ਮਾੜੀ ਗੱਲ ਹੈ। ਪਰ ਦੇਖੋ ਇਹ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਯਾਰ ਜਿਹੜੇ ਮਾਰਨ ਵਾਲੇ ਵੀ ਨੇ, ਕਿ ਯਾਰ ਘੱਟੋ ਘੱਟ ਇੱਕ ਇਨਸਾਨ ਨੂੰ, ਇੱਕ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਉਸ ਦੇ ਮਾਂ ਬਾਰੇ, ਉਸ ਦੇ ਬਾਪ ਬਾਰੇ ਸੋਚ ਲਿਆ ਜਾਵੇ ਯਾਰ, ਕਿ ਉਹਨਾਂ ਦੇ ਮਗਰੋਂ ਕੀ ਹਾਲਾਤ ਨੇ। ਕਿ ਪਰ ਇਹ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਉੱਤੇ ਜਿਹੜੀ ਸਿਆਸਤ ਆ ਉਹ ਵੀ ਨਹੀਂ ਕਰਨੀ ਚਾਹੀਦੀ। ਵੱਖ ਵੱਖ ਮੈਂ ਵੱਡੀ ਵੱਡੀ ਜਿਹੜੀ ਸਿਆਸਤਦਾਨਾਂ ਦੀ ਪ੍ਰਤੀਕਿਰਿਆ ਸੁਣ ਰਹੇ ਹਾਂ ਕਿ ਆਹ ਹੋ ਗਿਆ, ਉਹ ਹੋ ਗਿਆ, ਇੱਕ ਦੂਜੇ ਨੂੰ ਅਸੀਂ ਇਲਜ਼ਾਮ ਲਾਈ ਜਾਂਦੇ, ਉਹ ਵੀ ਨਹੀਂ ਹੋਣਾ ਚਾਹੀਦਾ। ਅਸੀਂ ਸਾਰੇ ਰਲ ਮਿਲ ਕੇ ਇਸ ਮਸਲੇ ਨੂੰ ਵਿਚਾਰਿਆ ਜਾਵੇ। ਦੇਖੋ ਥੋੜ੍ਹੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਸੱਸੇ ਦੇ ਉੱਤੇ ਬੜੀ ਸਾੜ ਸਤੀ ਹੈ। ਸੱਸਾ ਦੀਪ ਸਿੱਧੂ ਦਾ ਨਾਮ ਵੀ ਪੂਰਾ ਸੱਸੇ ਅਤੇ ਸੰਦੀਪ ਸੀ, ਫਿਰ ਸੰਦੀਪ ਨੰਗਲਮ ਪਈਆਂ, ਫਿਰ ਸ਼ੁਭਦੀਪ ਸਿੱਧੂ ਮੂਸੇ ਵਾਲਾ। ਤਾਂ ਇਹ 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 ਨੌਜਵਾਨ ਜਿਹੜੇ, ਇਹਨਾਂ ਦਾ ਮਰਨਾ, ਬੇਵਕਤ ਮਰਨਾ, ਔਰ ਬੜਾ ਵੱਡਾ ਘਾਟਾ। ਇਹ ਕਿਉਂ ਮਰੇ, ਇਹਦੇ ਪਿੱਛੇ ਕੀ ਕਾਰਨ ਨੇ? ਜਾਂ ਮੈਨੂੰ ਲੱਗਦਾ ਕਿ ਇਹ ਇੱਕ ਸਟੇਟ ਦੀ ਉਹ ਚਾਲ ਹੈ, ਇੱਕ ਸਟੇਟ ਦੀ ਉਹ ਨੀਤੀ ਹੈ ਕਿ ਜਿਹੜਾ ਵੀ ਨੌਜਵਾਨ ਪੰਜਾਬ ਦੀ ਗੱਲ ਕਰੂਗਾ, ਜਿਹੜਾ ਨੌਜਵਾਨ 'ਚ ਉਹਨੂੰ ਲੱਗਦਾ ਕਿ ਇਸ ਨੌਜਵਾਨ ਦੇ ਅੰਦਰ ਕੋਈ ਬਾਗੀ ਸੁਰ ਹੈ, ਇਹ ਪੰਜਾਬ ਦੇ ਉਹ ਵਿਰਸੇ ਦੀ ਗੱਲ ਕਰਦਾ, ਉਸ ਇਤਿਹਾਸ ਦੀ ਗੱਲ ਕਰਦਾ, ਅਤੇ ਉਹਨੂੰ ਸਟੇਟਾਂ ਫਿਰ ਐਂ ਮਸਲ ਦਿੰਦੀਆਂ ਨੇ, ਐਂ ਕੁਚਲ ਦਿੰਦੀਆਂ ਨੇ। ਤਾਂ ਮੈਨੂੰ ਲੱਗਦਾ ਕਿ ਜਿਹੜੇ ਵਰਤੇ ਵੀ ਜਾਂਦੇ ਨੇ, ਜਿਨ੍ਹਾਂ ਨੂੰ ਗੈਂਗਸਟਰ ਦਾ, ਗੈਂਗਵਾਰ ਦਾ ਨਾਂ ਦੇ ਦਿੰਦੇ ਨੇ। ਬਿਲਕੁਲ ਬਾਈ ਜੀ, ਤੁਸੀਂ ਦੇਖੋ ਪਹਿਲਾਂ ਕਬੱਡੀ ਦੇ ਵਿੱਚ ਨੰਗਲਮ ਬਈਆਂ ਦਾ ਕਤਲ ਹੁੰਦਾ ਹੈ, ਕਬੱਡੀ ਨੂੰ ਐਡਾ ਵੱਡਾ ਘਾਟਾ ਪੈਂਦਾ, ਔਰ ਕਬੱਡੀ ਪਲੇਅਰ ਜਿਹੜੇ ਇੱਥੋਂ ਜਾਣ ਦੀ ਸੋਚਦੇ ਵੀ ਹੁਣ ਅਸੀਂ ਪੰਜਾਬ 'ਚ ਰਹਿਣਾ ਨਹੀਂ, ਪੰਜਾਬ 'ਚ ਖੇਡਣਾ ਨਹੀਂ। ਫਿਰ ਗਿੱਪੀ ਗਰੇਵਾਲ ਨੂੰ, ਗਿੱਪੀ ਗਰੇਵਾਲ ਜਿਹੜਾ ਇੱਕ ਪੰਜਾਬੀ ਦਾ ਸਰਮੌਰ ਗਾਇਕ ਹੈ, ਕਲਾਕਾਰ ਹੈ, ਉਹਨੇ ਆਪਣੇ ਬੱਚੇ ਇੱਥੇ ਜੋੜ ਕੇ ਰੱਖੇ, ਇੱਥੇ ਪੜ੍ਹਨ ਲਾਏ ਪੰਜਾਬ ਦੇ ਵਿੱਚ, ਉਹਨੂੰ ਧਮਕੀ ਆਈ ਕਿ ਸਾਨੂੰ ਇੰਨੇ ਪੈਸੇ ਦੇ ਰਹੇ ਅਤੇ ਰੇਹੀ ਜਵਾਕਾਂ ਨੂੰ ਮਾਰ ਦਿਆਂਗੇ, ਨਹੀਂ ਤਾਂ ਉਹਨੇ ਆਪਣੇ ਜਵਾਕ ਹਟਾ ਕੇ ਕੈਨੇਡਾ ਲੈ ਗਿਆ। ਹੌਲੀ ਹੌਲੀ ਗਾਉਣ ਵਾਲੇ ਵੀ, ਕਲਾਕਾਰ, ਖੇਡਣ ਵਾਲੇ ਵੀ, ਸਾਰਿਆਂ ਨੇ ਪੰਜਾਬ ਤੋਂ ਮੂੰਹ ਮੋੜ ਲੈਣਾ। ਹੁਣ ਜਿਹੜੀ ਜਵਾਨੀ ਨੂੰ ਅਸੀਂ ਜ਼ੋਰ ਲਾਉਂਦੇ ਹਾਂ ਕਿ ਯਾਰ ਤੁਸੀਂ ਪੰਜਾਬ ਰਹੋ, ਪੰਜਾਬ ਰਹਿ ਕੇ ਆਪਣਾ ਭਵਿੱਖ ਬਣਾਓ, ਉਹ ਕਹਿਣਗੇ ਪੰਜਾਬ 'ਚ ਆਹ ਹਾਲਾਤ ਆ, ਕਿਹੜਾ ਬੰਦਾ ਸੁਰੱਖਿਅਤ ਹੈ ਇੱਥੇ? ਦੇਖੋ ਸੁਰੱਖਿਆ ਤਾਂ ਕਟੌਤੀ ਕੀਤੀ ਗਈ ਆ, ਦੋ ਗਨਮੈਨ ਸੀਗੇ, ਅਤੇ ਨਾਲ ਇਹ ਵੀ ਪਤਾ ਲੱਗਿਆ ਕਿ ਬੁਲਟ ਪਰੂਫ ਗੱਡੀ ਵੀ ਸੀ, ਪਰ ਉਹ ਘਰੇ ਛੱਡ ਗਿਆ। ਕਈ ਵਾਰੀ ਹੁੰਦਾ ਯਾਰ ਬੰਦਾ ਵੀ ਚਲ ਯਾਰ ਮੈਂ 5 ਮਿੰਟਾਂ 'ਚ ਵਾਪਸ ਆਇਆ, ਐਡੀ ਕੀ ਗੱਲ ਆ, ਹੈ ਨਾ, ਕਿਉਂਕਿ ਉਹਦਾ ਹੀ ਕਿਹੜਾ ਕਿਸੇ ਨਾ ਕੋਈ ਦੁਸ਼ਮਣੀ ਸੀ। ਤਾਂ ਉਹਦੇ ਲਈ ਵੀ ਮੈਂ ਕਹਿੰਦਾ ਕਿ ਸਰਕਾਰ ਨੂੰ ਇਸ ਗੱਲ ਦੇ ਉੱਤੇ ਇਹ ਮੀਡੀਆ ਦੇ ਵਿੱਚ ਪ੍ਰਚਾਰ ਨਾ ਵੀ ਫਲਾਣੇ ਫਲਾਣੇ ਬੰਦਿਆਂ ਦੀ ਜਿਹੜੀ ਸੁਰੱਖਿਆ ਸੀ ਵਾਪਸ ਲੈ ਲਈ ਆ। ਹਾਂ ਜੇ ਲੈਣੀ ਆ ਚੁੱਪ ਚੁੱਪੀ ਤੇ ਵਾਪਸ ਕਰਾ ਲਓ। ਅਸਲ ਤਾਂ ਇਹ ਜਿਹੜਾ ਸਿੱਧੂ ਦੀ ਗੱਲ ਆਪਾਂ ਕਰ ਗਏ ਤਾਂ ਇਹਨੂੰ ਜਿਹੜਾ ਥ੍ਰੈਟ ਸੀ, ਜਿਹੜਾ ਧਮਕੀਆਂ ਸੀ, ਬੜੇ ਚਿਰ ਤੋਂ ਆ ਰਹੀਆਂ ਸੀ, ਇਹਦੋਂ ਪੈਸੇ ਦੀ ਮੰਗ ਵੀ ਕੀਤੀ ਜਾ ਰਹੀ ਸੀ, ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸਰਕਾਰ ਨੂੰ ਚਾਹੀਦਾ ਕਿ ਯਾਰ ਇਹੋ ਜਿਹੇ ਬੰਦਿਆਂ ਨੂੰ ਸਿਕਿਉਰਿਟੀ ਦੇਣੀ ਬਣਦੀ ਹੈ, ਜਿਹੜੇ ਬੰਦਿਆਂ ਨੂੰ ਲੋੜ ਹੀ ਨਹੀਂ ਯਾਰ। ਉਹ ਬੰਦੇ ਇੱਥੇ 5-5, 7-7, 10-10 ਗਨਮੈਨ ਚੱਕੀ ਫਿਰਦੇ ਆ ਜਿਹਨਾਂ ਨਾਲ ਕੋਈ ਲਾਗਾ ਦੇ ਗਏ ਨਹੀਂ, ਪਰ ਜਿਹੜੇ ਬੰਦੇ ਨੂੰ ਲੋੜ ਆ ਉਹਦੀ ਜਿਹੜੀ ਸੁਰੱਖਿਆ, ਸੁੱਖ ਦੀ ਜਿਹੜੀ ਜ਼ਿੰਦਗੀ ਉਹ ਜਿਉਂ ਲਾਂਗੇ, ਬਹੁਤ ਮਾੜਾ। ਦੂਜੀ ਗੱਲ ਯਾਰ, ਕਾਹਦੇ ਪਿੱਛੇ ਯਾਰ? ਤੁਸੀਂ ਦੇਖੋ ਬਾਈ ਜੀ, ਬੰਦੇ ਦੇ ਐਡਾ ਵੱਡਾ ਮਤਲਬ ਕਿ ਉਹਨੇ ਇੱਥੇ ਖੜਾ ਕੀਤਾ, ਆਪਣਾ ਕਾਰੋਬਾਰ ਰੱਖ ਲਓ, ਆਪਣਾ ਘਰ ਰੱਖ ਲਓ, ਕਿੰਨੇ ਸ਼ੌਂਕ ਸੀ। ਗਾਉਣ ਵਾਲੇ ਭੱਜਦੇ ਆ, ਕੋਈ ਬੰਬੇ ਜਾ ਕੇ ਬੈਠ ਗਿਆ, ਕੋਈ ਚੰਡੀਗੜ੍ਹ ਬੈਠ ਗਿਆ, ਕੋਈ ਦਿੱਲੀ ਬੈਠ ਗਿਆ, ਪਰ ਉਹ ਬੰਦੇ ਨੇ ਇੱਥੇ ਮਾਨਸਾ ਦੇ ਵਿੱਚ ਬੈਠਾ, ਔਰ ਮਾਨਸਾ ਨੂੰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰੀ ਮਿਲੀ। ਮਾਨਸਾ ਨੂੰ ਕਿਹਨੂੰ? ਆਪਾਂ ਨੂੰ ਮਾਨਸਾ ਬਠਿੰਡੇ ਵਾਲਿਆਂ ਨੂੰ ਟਿੱਬਿਆਂ ਵਾਲਿਆਂ ਕਰਕੇ ਜਾਣਿਆ ਜਾਂਦਾ, ਜਾਂ 5 ਨੰਬਰ ਵਾਲਿਆਂ ਕਰਕੇ ਜਾਣਿਆ ਜਾਂਦਾ ਸੀ, ਪਰ ਇਹਨਾਂ ਨੂੰ ਮਸ਼ਹੂਰੀ ਦੇਣ ਵਾਲਾ ਉਹ ਬੰਦਾ ਸੀ। ਠੀਕ ਹੈ, ਮੈਂ ਨਹੀਂ ਕਹਿੰਦਾ ਵਾਲੇ ਕਹਿਣਗੇ ਤੂੰ ਅੱਜ ਇੱਥੇ ਆ ਕੇ ਇਸ ਗੱਲ 'ਤੇ ਦੁੱਖ ਜਤਾਉਂਦਾ ਜਾਂ ਚਿੰਤਾ ਜ਼ਾਹਰ ਕਰਦਾ ਜਾਂ ਅਫਸੋਸ ਕਰਦਾ। ਮਾਈ ਭਾਗ ਵਾਲਾ ਗੀਤ ਗਾਇਆ, ਅਸੀਂ ਵੀ ਇੱਕ ਵਾਰੀ ਉਹਦੇ ਘਰ ਮੁਰੇ ਆ ਗਏ ਸੀ, ਪਰ ਯਾਰ ਠੀਕ ਹੈ, ਗਾਉਣ ਪਿੱਛੇ ਬਹੁਤ ਬਾਰੇ ਸਾਡੇ ਨਹੀਂ, ਮੈਂ ਪਹਿਲਾਂ ਵੀ ਕਿਹਾ ਕਿ ਸਾਡੇ ਵਿਚਾਰਕ ਹਾਂ, ਬਹੁਤ ਗੀਤ ਉਹਦੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਂ ਸੁਣਦਾ ਵੀ ਰਿਹਾ। ਉਹਨੇ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਗੀਤ ਗਾਇਆ, ਔਰ ਬੜਾ ਕਮਾਲ ਦੇ ਗੀਤ ਆ, ਔਰ ਬੜੇ ਕਮਾਲ ਦੇ ਬੋਲ ਨੇ ਉਹਦੇ, ਔਰ ਪੂਰੇ ਟੁੰਬਦੇ ਨੇ ਸਾਡੀ ਅਣਖ ਨੂੰ, ਸਾਡੀ ਗੈਰਤ ਨੂੰ ਵੰਗਾਰਦੇ ਨੇ ਪੰਜਾਬੀਆਂ ਦੇ ਨੂੰ, ਬਹੁਤ ਗੀਤ ਉਹਦੇ ਇਹੋ ਜਿਹੇ ਵੀ ਹੋਣਗੇ। ਸੋ ਇਸ ਕਰਕੇ ਯਾਰ ਸਾਨੂੰ ਆਹ ਇੱਕ ਕਿਹੜਾ ਤਰੀਕਾ ਹੋਇਆ ਯਾਰ, ਚੱਕਿਆ ਚੱਕ ਕੇ ਗੋਲੀਆਂ ਮਾਰਤੀਆਂ ਯਾਰ। ਇਹਦੇ ਲਈ ਮੈਂ ਕਹਿੰਦਾ, ਮੈਂ ਸਭ ਤੋਂ ਜਿਹੜੀ ਮਾੜੀ ਗੱਲ ਦੇਖ ਰਿਹਾ ਬਾਈ ਜੀ, ਗਾਉਣ ਵਾਲੇ ਕਲਾਕਾਰ, ਫਿਲਮਾਂ ਵਾਲੇ ਕਲਾਕਾਰ, ਬਸ ਉਹਨਾਂ ਨੇ ਇਕੱਲਾ ਵਾਹਿਗੁਰੂ ਲਿਖ ਕੇ ਛੱਡਤਾ, ਜਾਂ ਇਕੱਲੀ ਕੋ ਤਸਵੀਰ ਸਾਂਝੀ ਕਰਤੀ, ਇੰਨੇ ਨਹੀਂ। ਕਿਉਂ ਨਹੀਂ ਬੋਲੇ ਬਾਈ ਅਸੀਂ?
ਅੱਜ ਯਾਰ ਇੱਕ ਸਿੱਧੂ ਮੂਸੇ ਵਾਲਾ ਮਰਿਆ, ਕੱਲ੍ਹ ਨੂੰ ਤੁਹਾਡੀ ਵੀ ਵਾਰੀ ਆਉਣੀ ਹੈ। ਕਦੋਂ ਬੋਲਾਂਗੇ ਅਸੀਂ ਇਕੱਠੇ ਹੋ ਕੇ? ਕਿਉਂ ਅਸੀਂ ਆਪੋ ਆਪਣਾ ਮਾਸ ਬਚਾਉਣ 'ਤੇ ਲੱਗੇ ਹੋਏ ਹਾਂ, ਕਿਉਂ ਨਹੀਂ ਇਸ ਗੁੰਡਾਗਰਦੀ ਦੇ ਖਿਲਾਫ਼, ਇਸ ਜਿਹੜਾ ਇਹ ਕਤਲ ਹੋ ਰਹੇ ਨੇ ਇਹਦੇ ਖਿਲਾਫ਼ ਅਸੀਂ ਕਦੋਂ ਬੋਲਾਂਗੇ? ਕੋਈ ਵੀ ਨਹੀਂ ਬੋਲਿਆ। ਹੈਰਾਨ ਹੈ ਮੈਂ ਤਾਂ, ਇੱਡੀ ਯਾਰ ਪੰਜਾਬੀ ਇੰਡਸਟਰੀ ਹੈ, ਗਾਉਣ ਵਾਲਿਆਂ ਦੀ, ਫਿਲਮ ਵਾਲਿਆਂ ਦੀ, ਕਿਸੇ ਬੰਦੇ ਨੇ ਆਵਾਜ਼ ਉਠਾਈ ਕੱਲ੍ਹ ਦਾ ਇਹ ਕਤਲ ਹੋਇਆ? ਕੱਲ੍ਹ ਦਾ ਕੋਈ ਬੰਦਾ ਬੋਲਿਆ ਕਿ ਮੀਡੀਆ ਦੇ ਵਿੱਚ ਜਾਂ ਹੋਰ ਵੀ ਯਾਰ ਇਹ ਧੱਕਾ ਹੈ, ਇਹ ਗੁੰਡਾਗਰਦੀ, ਇਹ ਕਤਲ ਬੰਦ ਹੋਣੇ ਚਾਹੀਦੇ ਆ? ਬਸ ਉਹ ਖਾਨਾ ਪੂਰਤੀ ਕਰ ਰਹੇ ਆ ਯਾਰ। ਖੌਫ ਰੱਖ ਲਓ, ਜਾਂ ਇਹਨਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਧੜੇਬੰਦੀਆਂ ਹੁੰਦੀਆਂ ਨੇ, ਪਰ ਯਾਰ ਇੱਥੇ ਸਾਨੂੰ ਧੜੇ ਧੁੜੀਆਂ ਬੰਦੀਆਂ ਛੱਡਣੀਆਂ ਚਾਹੀਦੀਆਂ। ਇੱਕ ਮਾਂ ਦਾ ਪੁੱਤ ਗਿਆ, ਇੱਕ ਹੋਣਹਾਰ ਨੌਜਵਾਨ ਗਿਆ, ਮੈਂ ਕਹਿੰਦਾ ਜਿਹੜੇ ਬੰਦੇ ਨੇ ਵੱਖਰੀ ਤਰ੍ਹਾਂ ਦੀ ਗਾਇਕੀ ਸੈੱਟ ਕੀਤੀ ਆ, ਉਹ ਚਲੇ ਗਏ ਯਾਰ, ਉਹ ਭਰ ਜਬਾਨੀ 'ਚ 27-28 ਸਾਲ ਦੀ ਉਮਰ ਆ। ਇਹਦੇ ਲਈ ਸਾਨੂੰ ਧੜੇਬਾਜ਼ੀਆਂ ਵੀ ਛੱਡਣੀਆਂ ਚਾਹੀਦੀਆਂ, ਬੋਲਣਾ ਚਾਹੀਦਾ, ਖੌਫ ਕੱਢਣਾ ਚਾਹੀਦਾ। ਕਿੰਨਾ ਚਿਰ ਖੌਫ ਰੱਖੋਗੇ ਯਾਰ? ਬਿਲਕੁਲ, ਇਹ ਜਿਹੜੇ ਇਸ ਤਰ੍ਹਾਂ ਦੇ ਕਤਲ ਹੁੰਦੇ ਨੇ ਇਹ ਸਿਆਸੀ ਹੁੰਦੇ ਨੇ। ਮੈਂ ਪਹਿਲਾਂ ਹੀ ਬੋਲਤਾ ਕਿ ਇਹ ਸਟੇਟ ਕਿਵੇਂ ਕਿਸੇ ਬੰਦੇ ਨੂੰ ਦੇਖੋ, ਮੈਂ ਇੱਕ ਗੱਲ ਸਪਸ਼ਟ ਹੈ ਇਸ ਗੱਲ ਨੂੰ ਲੈ ਕੇ, ਚਾਹੇ ਦੀਪ ਸਿੱਧੂ ਦਾ ਹੋਵੇ, ਚਾਹੇ ਕਿਸੇ ਹੋਰ ਨੌਜਵਾਨ ਦੀ ਗੱਲ ਹੋਵੇ, ਚਾਹੇ ਮੂਸੇਵਾਲੇ ਦੀ ਗੱਲ ਹੋਵੇ, ਕਿ ਸਟੇਟ ਕਿਵੇਂ ਇਹੋ ਜਿਹੇ ਕਤਲ ਕਰਦੀ ਹੈ। ਸਟੇਟ ਨੂੰ ਮੈਂ ਪਹਿਲਾਂ ਕਿਹਾ, ਸਟੇਟ ਨੂੰ ਆਵਾਜ਼, ਉਹ ਨੌਜਵਾਨ ਉਹ ਕਦੇ ਪਸੰਦ ਨਹੀਂ ਜਿਹੜਾ ਨੌਜਵਾਨ ਕਦੇ ਵੀ ਪੰਜਾਬ ਦੀ ਗੱਲ ਕਰੂ ਆਪਣੇ ਗੀਤਾਂ ਦੇ ਵਿੱਚ, ਆਪਣੇ ਬੋਲਾਂ ਰਾਹੀਂ, ਉਹ ਬੰਦੇ ਨੂੰ ਇਹ ਕਦੇ ਪਸੰਦ ਨਹੀਂ ਕਰਨਗੇ। ਪਰ ਉਹਨੂੰ ਰੂਪ ਕਿਤੇ ਨਾ ਕਿਤੇ ਉਹੀ ਦੇ ਦਿੱਤਾ ਜਾਂਦਾ ਵੀ ਗੈਂਗਵਾਰ। ਯਾਰ ਗੈਂਗਵਾਰ ਇਹ ਕਿਹੜਾ ਕੋਈ ਗੈਂਗਸਟਰ ਸੀ? ਇਹਦਾ ਕੋਈ ਪਿਛੋਕੜ ਗੈਂਗਸਟਰ ਵਾਲਾ ਨਹੀਂ ਸੀ। ਇਹਨੇ ਕਿਹੜਾ ਕਿਸੇ ਦੇ ਕੋਈ, ਇਹਨੇ ਮੈਂ ਸੋਟੀ ਵੀ ਨਹੀਂ ਮਾਰੀ ਹੋਣੀ ਯਾਰ ਬੰਦਾ ਮਾਰਨ ਦੀ। ਦੇਖੋ ਇਹਦੇ ਵਿੱਚ ਜੇ ਆਪਾਂ ਇੰਟੈਲੀਜੈਂਸੀ ਦੀ ਟਰੇਸ ਕਰਦੀ ਆ ਜੀ, ਉਹੀ ਯਾਰ ਆਪਾਂ ਦੇਖਿਆ ਕਿ ਦੋ ਪੁਲਿਸ ਵਾਲਿਆਂ ਦੀ ਮੌਤ ਹੋਈ, ਉਦੋਂ ਬਾਅਦ ਪੁਲਿਸ ਨੇ ਜਾ ਕੇ ਜੈਪਾਲ ਦਾ ਕਤਲ ਕਰਤਾ, ਦੋ ਮੁੰਡੇ ਮਾਰਤੇ ਜਾ ਕੇ। ਹੁਣ ਇਹਦੇ ਬਦਲੇ ਕਿੰਨਾ ਕੁ ਹੈ ਇਹ ਦੇਖਦੇ ਹਾਂ ਆਪਾਂ। ਕਿਤੇ ਸੈੱਟ ਬਣਾਤੀ ਜੀ, ਜਾਂਚਾਂ ਹੋਣਗੀਆਂ, ਗਾਹਾਂ ਗੱਲ ਕਿੱਧਰ ਨੂੰ ਤੁਰਦੀ ਹੈ ਹਲੇ ਇਹ ਪਤਾ ਨਹੀਂ ਹੈ, ਪਰ ਮੈਨੂੰ ਲੱਗਦਾ ਕਿ ਯਾਰ ਹੁਣ ਵੀ ਨਾ ਅਸੀਂ ਬੋਲੇ। ਔਰ ਸ਼ਰਮਨਾਕ ਗੱਲ ਇਹ, ਮੈਂ ਜੋ ਕੱਲ੍ਹ ਸੁਣ ਰਿਹਾ ਸੀ ਕਿ ਯਾਰ ਉੱਥੇ ਉਹ 15 ਮਿੰਟ ਪਿਆ ਰਿਹਾ, ਐਡਾ ਪਿੰਡ ਹੈ, ਪਿੰਡ ਦੇ ਵਿੱਚੋਂ ਗੱਡੀ ਨਹੀਂ ਕੱਢ ਕੇ ਲੈ ਕੇ ਆਇਆ। ਅਸੀਂ ਅਸੀਂ ਇਹੋ ਜਿਹੇ ਹੋਏ ਪਏ ਹਾਂ ਲੋਕ, ਜਿਹੜੇ ਬੰਦੇ ਅਸੀਂ ਕਦੇ ਭੱਜ ਕੇ ਜਾਂਦੇ ਕਿਸੇ ਬੰਦੇ ਨੂੰ, ਕੋਈ ਲੜਦੇ ਉਹਨੂੰ ਛੁਡਾਉਣ ਖਾਤਰ, ਕੋਈ ਮਾਰੀ ਜਾਂਦਾ ਉਹਨੂੰ ਬਚਾਉਣ ਖਾਤਰ, ਪਰ ਹੁਣ ਲੋਕ ਯਾਰ ਗੱਡੀ ਕੱਢ ਕੇ ਘਰੋਂ ਲਿਆਉਣ ਨੂੰ ਤਿਆਰ ਨਹੀਂ। ਉਹ ਤਾਂ ਕਹਿੰਦੇ ਪਿੰਡ ਵਾਲੇ ਆਏ, ਉਹਨਾਂ ਨੇ ਜਾ ਕੇ ਚੱਕਿਆ। ਅੱਜ ਮੈਂ ਕਹਿੰਦਾ ਪੂਰਾ ਸੋਗ ਵਜੋਂ, ਅਫਸੋਸ ਵਜੋਂ, ਦੁੱਖ ਵਜੋਂ ਪੂਰਾ ਮਾਨਸਾ ਬੰਦ ਹੋਣਾ ਚਾਹੀਦਾ ਸੀ। ਕੋਈ ਲੋਕਾਂ ਦੀ ਸਿਹਤ 'ਤੇ ਅਸਰ ਨਹੀਂ ਬਾਈ, ਆਪਣਾ ਕਾਰੋਬਾਰ ਕਰੀ ਜਾਂਦੇ, ਇੱਕ ਮਾਂ ਦਾ ਪੁੱਤ ਚਲਿਆ ਗਿਆ। ਦੇਖੋ ਬਾਈ ਇਹ ਜਾਂਚਾਂ, ਇਹ ਅੱਜ ਬਾਈ ਤੁਸੀਂ ਇੱਥੇ ਮੀਡੀਆ ਫਿਰਦਾ, ਲੋਕ ਫਿਰਦੇ ਆ, ਅਖੀਰ ਨੂੰ ਭੋਗ ਤੱਕ ਗੱਲ ਹੈ। ਜਿਹੜੇ ਪਹਿਲਾਂ ਤੁਰ ਗਏ ਉਹਨਾਂ ਦੀਆਂ ਕਿੰਨੀਆਂ ਕੁ ਜਾਂਚਾਂ ਹੋ ਗਈਆਂ, ਕਿਹਨੇ ਪੁੱਛਣਾ ਇੱਥੇ? ਇਹ ਬਸ ਇੱਥੋਂ ਤੱਕ ਹੁੰਦੀ ਹੈ ਗੱਲ ਵੀ ਅੱਜ ਆਏ ਬੋਲ ਕੇ ਕੋਈ ਤੁਰ ਗਿਆ। ਬਾਈ ਤੁਸੀਂ ਤੁਸੀਂ ਗੱਲ ਮੇਰੀ ਗੱਲ ਮੇਰੀ ਗੱਲ ਸੁਣੋ। ਚੰਦ ਬੰਦੇ ਜੋ ਕੁਛ ਜੇਲ੍ਹਾਂ 'ਚ ਬੈਠੇ ਨੇ, ਕੁਛ ਬਾਹਰ ਬੈਠੇ ਨੇ, ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਪਤਾ ਨਹੀਂ ਕਿੰਨੀ ਕੁ ਨੌਜਵਾਨੀ ਦਾ ਘਾਣ ਕਰਾਤਾ, ਉਹਨਾਂ ਦੀ ਸਿਰਫ ਆਸਵੇਂ ਗਰੁੱਪਬਾਜ਼ੀ ਨੇ। ਇਦੋਂ ਪਹਿਲਾਂ ਕਿੰਨੇ ਮੁੰਡਿਆਂ ਦੇ ਆਪਾਂ ਨਾਂ ਲੱਗੇ, ਬਿੱਕੀ ਮਿੱਡੂ ਖੇੜੇ ਦਾ ਨਾਂ ਲੱਗੇ, ਹੁਣ ਇਹ ਲੈ ਲਓ ਗੁਰਲਾਲ ਭਲਵਾਨ ਦਾ ਨਾਂ ਲੱਗੇ, ਹੋਰ ਕਿੰਨੇ ਮੁੰਡਿਆਂ ਦੀ ਆਪਾਂ ਗੱਲ ਕਰਕੇ, ਰਾਣੇ ਦੀ ਗੱਲ ਕਰਕੇ, ਮੈਂ ਕਹਿੰਦਾ ਗਿਣੇ ਨਹੀਂ ਜਾਣੇ ਪਿਛਲੇ ਸਾਲ 2 ਸਾਲ ਦੇ ਵਿੱਚ ਸੈਂਕੜੇ ਜਿਹੜੇ ਮੁੰਡੇ ਇਹਦੀ ਭੇਂਟ ਚੜ੍ਹ ਚੁੱਕੇ ਆ। ਇਹ ਇਹਦਾ ਹੱਲ ਕਿਉਂ ਨਹੀਂ ਕਰ ਰਹੇ? ਇੱਕ ਹੀ ਪੁਲਿਸ ਨੂੰ ਪਤਾ ਨਹੀਂ, ਸਾਰਾ ਪਤਾ ਯਾਰ, ਸਾਰੀ ਇੰਟੈਲੀਜੈਂਸੀ ਨੂੰ ਪਤਾ ਕੌਣ ਬੰਦੇ ਕਿੱਥੇ ਬੈਠੇ ਕੀ ਕੰਮ ਕਰਾਉਂਦੇ ਆ, ਪਤਾ ਨਹੀਂ ਕਿਹੜੀ ਚੀਜ਼ ਨੂੰ ਉਡੀਕਦੇ ਆ। ਇਹ ਉਦੋਂ ਉਡੀਕਦਾ ਜਦੋਂ ਕੋਈ ਪੁਲਿਸ ਵਾਲੇ ਦੀ ਮੌਤ ਹੋਈ, ਉਦੋਂ ਨਾਲ ਦੀ ਨਾਲ ਐਕਸ਼ਨ ਹੁੰਦਾ, ਜਦੋਂ ਕੋਈ ਆਮ ਮਾਂ ਦਾ ਪੁੱਤ ਮਰਦਾ ਉਹਨੂੰ ਕੋਈ ਗੱਲ ਨਹੀਂ ਵੀ ਠੀਕ ਹੈ। ਹੁਣ ਲੋਕਾਂ ਨੂੰ ਅਸਲ ਤਾਂ ਉਹੀ ਆ ਨਾ, ਦੇਖੋ ਸਟੇਟ ਕਦੇ ਵੀ ਨਹੀਂ ਚਾਹੂਗੀ ਕਿ ਜਿਹੜੇ ਪੰਜਾਬ ਦੀ ਜਵਾਨੀ ਆ ਉਹ ਇਕੱਠੀ ਹੋ ਕੇ ਸਿਰ ਜੋੜ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ। ਉਹ ਚਾਹੁਣਗੇ ਆਸਮੇ ਲੜਨ, ਮਰਨ, ਇਹਨਾਂ ਨੂੰ ਗੈਂਗਵਾਰ ਚੜ ਜਾ ਦਿਓ, ਜਿਹੜੇ ਇੱਕ ਦੂਜੇ ਨੂੰ ਮਾਰਦੇ ਉਹ ਠੀਕ ਹੈ, ਬਾਕੀਆਂ ਨੂੰ ਪੁਲਿਸ ਮਾਰ ਦਿੰਦੀ ਹੈ ਜਾਂ ਜੇਲ੍ਹਾਂ ਚੱਕ ਸਿੱਟ ਦਿੰਦੇ ਆ। ਇਹ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਲਗਾਤਾਰ ਕਈ ਸਾਲ ਤੋਂ ਬਣਿਆ ਆ ਰਿਹਾ, ਮੈਂ ਕਹਿੰਦਾ ਸਰਕਾਰ ਚਾਹੇ ਕੀ ਨਹੀਂ ਬੰਦ ਹੋ ਸਕਦਾ, ਸਾਰਾ ਕੁਛ ਬੰਦ ਹੋ ਸਕਦਾ। ਬਾਈ ਮੈਂ ਪਹਿਲਾਂ ਹੀ ਦੱਸਤਾ ਕਿ ਕੋਈ ਵੀ ਨੌਜਵਾਨ ਜਿਹੜਾ ਉੱਠੂਗਾ, ਜਿਹੜਾ ਪੰਜਾਬ ਦੀ ਗੱਲ, ਸਾਡੇ ਇਤਿਹਾਸ, ਸਾਡੇ ਵਿਰਸੇ, ਸਾਡੀਆਂ ਬੋਲੀਆਂ, ਸਾਡੇ ਪਾਣੀਆਂ ਦੀ ਗੱਲ ਕਰੂ, ਸਾਡੇ ਹੱਕਾਂ ਦੀ ਗੱਲ ਕਰੂ, ਆਪਣੇ ਹਕੂਕਾਂ ਦੀ ਗੱਲ ਕਰੂ, ਉਹਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਉਹਨੂੰ ਸਟੇਟ ਅੱਜ ਮਾਰੇ, ਉਹਨੂੰ ਸਟੇਟ ਕੱਲ੍ਹ ਮਾਰੇ, ਕੋਈ ਨਾ ਕੋਈ ਬਹਾਨਾ ਘੜ ਕੇ ਉਹਨੂੰ ਸਟੇਟ ਨੇ ਮਾਰਨੇ ਮਾਰ। ਬਿਲਕੁਲ, ਜਿਹੜਾ ਬੰਦਾ ਅੱਜ ਪੰਜਾਬ ਦੀ, ਜਿਹੜਾ ਬੰਦਾ ਸੋਚਦਾ ਵੀ ਛੱਡ ਭਰੇ ਆਪਾਂ ਕੀ ਲੈਣਾ ਪੰਜਾਬ ਤੋਂ, ਆਪਾਂ ਹੱਕਾਂ ਤੋਂ ਕੀ ਲੈਣਾ, ਆਪਦਾ ਮਾਸ ਬਚਾ ਲਓ, ਠੀਕ ਆ ਬਚਿਆ ਵਾ, ਪਰ ਜਿਹੜਾ ਬੰਦਾ ਜਿਗਰੇ ਨਾਲ ਗੱਲ ਕਰਦਾ, ਜਿਹੜਾ ਬੰਦੇ ਨੂੰ ਪਤਾ ਕਿ ਹਾਂ ਯਾਰ ਇਸ ਬੰਦੇ ਨੇ, ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਦੇਖਿਆ ਕਿ ਬਾਹਰ ਦਾ, ਮੈਂ ਕੱਲ੍ਹ ਦਾ ਦੇਖ ਰਿਹਾ ਕਿ ਗੋਰਿਆਂ 'ਚ, ਕਾਲਿਆਂ 'ਚ, ਪਾਕਿਸਤਾਨੀਆਂ 'ਚ, ਮਤਲਬ ਕਿ ਬੜਾ ਇਸ ਨੌਜਵਾਨ ਦਾ ਯਾਰ ਆਧਾਰ ਸੀ, ਬਹੁਤ ਜ਼ਿਆਦਾ ਇਹਦੀ ਪਛਾਣ ਸੀ, ਬੜਾ ਇਹਦੀ ਪ੍ਰਸ਼ੰਸਕ ਬੜੇ ਸੀ ਇਹਦੇ, ਤਾਂ ਬੜਾ ਦੁੱਖ ਮਨਾ ਰਿਹਾ ਹਰ। ਔਰ ਇਹ ਬੰਦਾ ਦੇਖੋ ਮਤਲਬ ਕਿ ਇੱਕ ਪੱਗ ਦੇ ਨਾਲ ਗਾਇਕੀ ਦੇ ਰਹੀ, ਦੇਖੋ ਪੱਗ ਦੇ ਨਾਲ ਹੋਰ ਬਹੁਤ ਬੰਦੇ ਗਏ ਹੋਣੇ ਆ ਵੱਖ ਵੱਖ ਖੇਤਰਾਂ ਦੇ ਵਿੱਚ, ਉਹਨਾਂ ਨੇ ਬੜਾ ਨਾਂ ਉੱਚਾ ਕੀਤਾ ਹੋਣਾ, ਪਰ ਗਾਇਕੀ ਦੇ ਖੇਤਰ ਦੇ ਵਿੱਚ ਪੱਗ ਦੇ ਨਾਲ ਪਹਿਚਾਣ ਬਣਾਉਣ ਵਾਲਾ ਇੱਕ ਮਤਲਬ ਵਾਹਦ ਬੰਦਾ ਹੋਣਾ।
ਪਰ ਇਸ ਬੰਦੇ ਨੂੰ ਯਾਰ ਇਸ ਤਰ੍ਹਾਂ ਦੇ ਵਾਪਰ ਜਾਣਾ ਔਰ ਕਮਾਲ ਦੀ ਗੱਲ ਆ ਦੇਖੋਗੇ ਇਹ ਸਾਰਾ ਇੱਕ ਗੱਲ ਇਹ ਨਹੀਂ ਹੈਗੀ ਦੇਖੋ ਇਹ ਇੰਟੈਲੀਜੈਂਸੀ ਨੂੰ CID ਨੂੰ ਇਹ ਪੰਜਾਬ ਸਰਕਾਰ ਨੂੰ ਇਹ ਪੁਲਿਸ ਨੂੰ ਪਤਾ ਸੀ ਵੀ ਇਹਨੂੰ ਮਾਰਿਆ ਜਾ ਸਕਦਾ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਵੋਟਾਂ ਦੀ ਗੱਲ ਆ ਵੋਟਾਂ ਤੋਂ ਜਿਹਦੇ ਵੋਟਾਂ ਪੈਣਗੀਆਂ 4 ਦਿਨ ਪਹਿਲਾਂ ਦੀ ਗੱਲ ਆ ਮੇਰੀ ਫੋਨ 'ਤੇ ਗੱਲ ਕਰਾਈ ਰੰਧਾਵੇ ਨੇ ਅਤੇ ਭਾਨੇ ਨੇ ਮੈਂ ਉਦੇ ਵੀ ਇਹਨੂੰ ਕਿਹਾ ਵਹਿ ਵੇਰੇ ਦੇਖੋ ਮੇਰੇ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿਹਾ ਕਿ ਮੇਰੇ ਬਖਰੇਵੇਂ ਸੀਗੇ ਮਤਭੇਦ ਸੀਗੇ ਪਰ ਉਹ ਕਿਸੇ ਗੱਲਾਂ ਕਰਕੇ ਸੀ ਕਿਸੇ ਗੀਤ ਦੇ ਬੋਲ ਕਰਕੇ ਸੀ ਪਰ ਮੈਨੂੰ ਉਦੇ ਇਹਨਾਂ ਨੇ ਗੱਲ ਕਰਾਈ ਅਸੀਂ ਹੰਡਾਏ ਤੋਂ ਗੱਡੀ ਤੋਂ ਇੱਧਰ ਨੂੰ ਆ ਰਹੇ ਸੀਗੇ ਪਿੰਡ ਨੂੰ ਰਾਮਪੁਰੇ ਨੂੰ ਮੈਂ ਇਹਨੂੰ ਉਦੇ ਵੀ ਕਿਹਾ ਮੈਂ ਕਿਹਾ ਆਪਣਾ ਭਰਾ ਮੇਰਾ ਚਕੰਨਾ ਰਹੀਂ ਤੈਨੂੰ ਨੁਕਸਾਨ ਹੋ ਸਕਦਾ ਤੇਰਾ ਉਹ ਕਹਿੰਦਾ ਕੋਈ ਗੱਲ ਨਹੀਂ ਬਾਈ ਮੇਰੇ ਧਿਆਨ 'ਚ ਜਾਣੇ ਹਰ ਯਾਰ ਬੰਦੇ ਨੂੰ ਪਤਾ ਸੀਗਾ ਚਾਹੇ ਉਹ ਮੇਰੇ ਵਰਗਾ ਹੋਵੇ ਚਾਹੇ ਉਹ CID ਹੋਵੇ ਚਾਹੇ ਪੁਲਿਸ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਆਮ ਬੰਦਾ ਜਿਹੜਾ ਮਾੜਾ ਮੋਟਾ ਵੀ ਲਗਾ ਰਹਾ ਵੀ ਇਹ ਬੰਦੇ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਪਰ ਕੀ ਸਰਕਾਰ ਨੂੰ ਯਾਰ ਐਡਾ ਨਹੀਂ ਪਤਾ ਸੀਗਾ ਕਿ ਯਾਰ ਇਹ ਬੰਦੇ ਨੂੰ ਐਡਾ ਵੱਡਾ ਨੁਕਸਾਨ ਹੋ ਸਕਦਾ ਹੁਣ ਜੇ ਇਹ ਦੇਖੀਏ ਤਾਂ ਤੁਸੀਂ ਦੇਖੋ ਇਹ ਕਿੱਡੀ ਇਹ ਦੇਖੋ ਰੇਕੀ ਕਿਵੇਂ ਹੋ ਰਹੀ ਆ ਘਰੋਂ ਚੱਲਦਾ ਇਹਦਾ ਮਤਲਬ ਬੰਦਾ ਇੱਥੋਂ ਮਗਰ ਲੱਗਿਆ ਅੱਛਾ ਉੱਥੋਂ ਇਹ ਮੇਨ ਸੜਕ ਨਹੀਂ ਚੜਿਆ ਜਿਹੜੀ ਸਰਸੇ ਨੂੰ ਜਾਂਦੀ ਹੈ ਸਰੂਰਵਰ ਚ ਨਹੀਂ ਜਾਂਦੀ ਹੈ ਇਹ ਜਵਾਰਕਿਆਂ ਨੂੰ ਗਿਆ ਸਿੰਘ ਉਹ ਬਾਹਲਾ ਵਗਦੀ ਨਹੀਂ ਸੜਕ ਬਾਹਲਾ ਚੱਲਦੀ ਨਹੀਂ ਉਹ ਛੱਡ ਗਿਆ ਕਿਵੇਂ ਬੰਦੇ ਰੇਕੀ ਕਰ ਕਰਕੇ ਉਹਦੇ ਪਿੱਛੇ ਔਰ ਇਹ ਅੱਜ ਦੀ ਗੱਲ ਨਹੀਂ ਇਹ ਪਤਾ ਨਹੀਂ 1 ਸਾਲ ਦੇ 2 ਸਾਲ ਦੇ 6 ਮਹੀਨਿਆਂ ਦੇ ਲਗਾਤਾਰ ਬੰਦੇ ਇਹਨੂੰ ਵੀ ਯਾਰ ਕਿਵੇਂ ਇਹ ਵੀ ਇੱਕ ਰਸ ਬਣ ਕੇ ਰਹਿ ਜਾਣਾ ਯਾਰ ਆਉਣ ਵਾਲੇ ਸਮੇਂ ਪਰ ਮੈਂ ਤਾਂ ਇੱਕ ਡੋਰੀ ਪਰਮਾਤਮਾ ਦੇ ਛੱਡੀ ਹੋਈ ਹੈ ਬਾਈ 2 ਵਾਰੀ ਗੋਲੀਆਂ ਲੱਗੀਆਂ ਤਾਂ ਪਰਮਾਤਮਾ ਹੀ ਬਚਾਉਣ ਵਾਲਾ ਹਨਾ ਬੰਦਾ ਤਾਂ ਤੁਸੀਂ ਦੇਖੋ ਇੱਥੇ ਜੈਡ ਸਕਿਉਰਟੀ ਵਾਲੇ ਮਾਰਤੇ ਜਿਨ੍ਹਾਂ ਤੋਂ ਹਵਾ ਪੁੱਛ ਕੇ ਨੰਗ ਤੁਸੀਂ ਉਹ ਮਾਰਤੇ ਇਹ ਤਾਂ ਹਾਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਬੰਦਾ ਵੇਸਲਾ ਹੋ ਕਿਉਂ ਤੁਰਿਆ ਫਿਰੇ ਬੰਦੇ ਨੂੰ ਚਕੰਨਾ ਰਹਿਣਾ ਆਪਦਾ ਖਿਆਲ ਰੱਖਣਾ ਵੀ ਜ਼ਰੂਰੀ ਹੁੰਦਾ ਕੋਈ ਨਾਲ ਉਹਦੇ 4 ਕਿੰਨਾ ਹੋਏਗਾ ਬਾਈ ਰੱਖ ਰਹੇ ਹਾਂ ਬਾਕੀ ਪਰਮਾਤਮਾ ਜਾਣ